ਵੈਲਕਮ ਬੈਕ ਟੂ ਮਾਈ ਚੈਨਲ ਗੰਨੂ ਸਕਾਈਕਿੰਗ। ਅੱਜ ਦੀ ਵੀਡੀਓ 'ਚ ਤੁਹਾਨੂੰ ਮੈਂ 3 ਤਵਾ ਮੇਕ ਕਰਕੇ ਦਿਖਾਉਂਦਾ। ਜੋੜੀ ਹੈਗੀ ਆ ਅਤੇ 2 ਮੈਂ ਬਣਾ ਲਿੱਤੇ ਹੋਏ ਆ, ਮੈਂ ਪਹਿਲੇ ਬਣਾ ਲਏ ਸੀ ਅਤੇ ਬਾਅਦ 'ਚੋਂ ਮੇਰਾ ਧਿਆਨ ਆਇਆ, ਮੈਂ ਕਿਹਾ ਵੀਡੀਓ ਵੀ ਬਣਾ ਲਈ ਇੱਕ। ਅਤੇ ਅਤੇ ਜਿਹੜੀ ਸ਼ੀਟ ਹੈਗੀ ਨਾ, ਮਤਲਬ ਹੈ ਜਿਹੜੇ ਪੇਪਰ 'ਚ, ਮੈਂ ਤੁਹਾਨੂੰ ਮੈਂ ਇੱਕ ਵਾਰੀ ਦਿਖਾ ਦਿੰਦਾ ਕਿਸ ਤਰ੍ਹਾਂ ਬਣੀ ਆ। ਅੱਛੇ ਪੇਪਰ ਦੀ ਸ਼ਾਈਨਿੰਗ ਚੈੱਕ ਕਰੋ, ਆਹ ਦੇਖਿਆ ਸ਼ਾਈਨ। ਅਤੇ ਆਹ ਇਸ ਤਰ੍ਹਾਂ ਬਣੇਗੀ, 2 ਸ਼ੀਟਾਂ ਜੁੜੀਆਂ ਹੋਈਆਂ, ਇੱਕ ਆ ਇਹ ਇੱਥੇ ਜੋੜ ਲੱਭਦਾ ਹੁਣ, ਆਹ ਦੇਖੋ ਇੱਕ ਆਹ ਸ਼ੀਟ ਜੁੜੀ ਹੈ ਅਤੇ ਇੱਕ ਆਹ ਸ਼ੀਟ ਜੁੜੀ, 2 ਸ਼ੀਟਾਂ ਐਂ ਜੁੜ ਕੇ ਅਤੇ ਇੱਕ ਸ਼ੀਟ ਨੂੰ ਸੈਂਟਰ 'ਚੋਂ ਕੱਟ ਕੇ ਨਾ ਹਾਫ ਲੰਬਾਈ 'ਚ, ਅਤੇ ਇੱਧਰਲੀ ਸਾਈਡ ਲੱਗੀ ਹੋਈ ਹੈ ਅਤੇ ਐਂਡ 'ਤੇ ਜਿਹੜਾ ਇੱਕ ਮਾਸਾ ਹੈ ਖਾਲੀ ਜਗ੍ਹਾ ਰਹਿ ਜਾਂਦੀ ਨਾ, ਅਤੇ ਉੱਥੇ ਕੋਈ ਵੀ ਡੱਬਾ ਲਗਾ ਸਕਦੇ, ਕਿਉਂਕਿ ਅੱਗੇ ਤਾਂ ਮੈਂ ਫਰੰਟ ਸਾਈਡ 'ਤੇ ਇਹ ਖਲੱਪੜ ਲਗਾ ਦੇਣੇ ਨਾ ਤਾਂ ਕਰਕੇ। ਅਤੇ ਇਹਦੇ ਫਰਮਾ ਕੱਢਣ ਦਾ ਤਰੀਕਾ ਇਹੀ ਹੈਗਾ, ਅਤੇ 2 ਮਿੰਟ ਤੁਹਾਨੂੰ ਮੈਂ ਦਿਖਾਉਂਦਾ। ਅਤੇ ਆਹ ਮੈਂ ਸੈਂਟਰ 'ਚੋਂ ਫੋਲਡ ਕਰਤਾ ਇਸ ਤਰ੍ਹਾਂ, ਜਿੱਥੇ ਮਤਲਬ ਇੱਥੇ ਗਜ਼ ਲੱਗੇਗਾ ਨਾ ਸੈਂਟਰ 'ਚ ਫੋਲਡ ਕਰਨ ਤੋਂ ਬਾਅਦ, ਜਿਹਦੇ ਫਰਮਾ ਨਹੀਂ ਹੈਗਾ ਕੋਈ ਪੈਟਰਨ ਨਹੀਂ ਹੈਗਾ, ਅਤੇ ਇੱਕ ਇਸ ਤਰ੍ਹਾਂ ਟ੍ਰੈਂਗਲ ਬਣਾ ਕੇ ਨਾ ਇੱਕ ਹੋਰ ਇਸ ਤਰ੍ਹਾਂ ਫੋਲਡ ਕਰਕੇ, ਇਹ ਜਿਹੜੀ 2 ਹੈਗੀਆਂ ਨਾ ਇਹ ਓਪਨ ਸਾਈਡਡ, ਜਿਹੜੀਆਂ 2 ਓਪਨ ਸਾਈਡਡ ਹੁੰਦੀਆਂ, ਅਤੇ ਇਸ ਤਰ੍ਹਾਂ ਫੋਲਡ ਕਰਕੇ ਨਾ ਇਹ ਵੀ ਪੂਰਾ ਸੈਂਟਰ 'ਚ ਫੋਲਡ ਕਰਨਾ ਇੱਥੋਂ, ਕਿ ਇੱਕ ਹੋਰ ਟ੍ਰਾਇੰਗਲ ਬਣ ਜਾਵੇ। ਅਤੇ ਜਿਹੜੀ ਓਪਨ ਸਾਈਡ ਹੈਗੀ ਨਾ ਵਾਲੀ, ਆਹ ਵਾਲੀ, ਇੱਥੋਂ ਦੀ ਨਿਸ਼ਾਨ ਲਗਾਓ, ਇੱਥੋਂ ਦੀ ਨਿਸ਼ਾਨ ਲਗਾ ਕੇ, ਜਿਸ ਤਰ੍ਹਾਂ ਇਹਦਾ ਮੈਂ ਗਜ਼ ਰੱਖਿਆ 45 ਇੰਚਿਸ ਦਾ ਰੱਖਿਆ, 45 ਇੰਚਿਸ ਦਾ ਹਾਫ ਹੁੰਦਾ 22.5, 22.5 ਇੰਚਿਸ, ਅਤੇ ਇੱਥੇ ਨਿਸ਼ਾਨ ਲਗਾਤਾ ਇੱਕ, ਅਤੇ ਨਿਸ਼ਾਨ ਲਗਾਉਣ ਦਾ ਹੈਗਾ ਕਿ ਹੁਣ ਅਸੀਂ ਇਹਨੂੰ ਇੱਥੋਂ ਉਹਦੀ ਕੈਂਚੀ ਮਾਰ ਕੇ ਨਾ ਕੱਟ ਕਰਕੇ, ਅਤੇ ਅੱਗੇ ਮੈਂ ਤੁਹਾਨੂੰ ਇੱਥੋਂ ਕਟਿੰਗ ਕਰਕੇ ਅਤੇ ਅੱਗੋਂ ਮੈਂ ਤੁਹਾਨੂੰ ਬਾਅਦ 'ਚ ਸਮਝਾਉਣਾ। ਆਹ ਕਟਿੰਗ ਕੱਟਤੀ ਆ ਇੱਥੋਂ, ਜਿੱਥੇ ਨਿਸ਼ਾਨ ਲਿਆ ਸੀ ਨਾ ਇੱਥੋਂ ਹੀ ਸਿੱਧਾ ਹੀ ਕੱਟਤਾ, ਨਿਸ਼ਾਨ ਓਪਨ ਸਾਈਡ 'ਤੇ ਲਗਾਉਣਾ, ਐਂ ਨਾ ਹੋਵੇ ਤੁਸੀਂ ਇੱਧਰ ਗਲਤ ਸਾਈਡ 'ਤੇ ਲੱਗ ਜਾਓ, ਫਿਰ ਸਾਰਾ ਕਾਗਜ਼ ਵੇਸਟ ਹੋ ਜਾਣਾ। ਇਹ ਓਪਨ ਦੀ ਸਾਈਡ 'ਤੇ ਕਟਿੰਗ ਕਰਕੇ, ਅਤੇ ਹੁਣ ਕੋਸ਼ਿਸ਼ ਕਰੋ ਕਿ ਜਿਹੜੇ ਇੱਥੇ ਥੱਲੇ ਪੀਸ ਜੋੜਿਆ ਹੋਇਆ ਨਾ ਹਾਲੀ, ਇਹਨੂੰ ਗੁੱਡੇ ਦੇ ਥੱਲੜਾ ਹਿੱਸੇ ਰੱਖੋ, ਮਤਲਬ ਕਮਾਨ ਇੱਧਰ ਉੱਪਰਲੀ ਸਾਈਡ ਲੱਗੇ। ਅਤੇ ਆਹ ਦੇਖੋ ਹੁਣ ਕਿਸ ਤਰ੍ਹਾਂ ਕਟਿੰਗ ਹੋਈ ਅੱਗੇ, ਜਿਹੜੀ ਹੈਗੀ ਨਾ ਥੱਲੜੀ ਸਾਈਡ, ਇੱਥੋਂ ਦੀ ਸਿੱਧਾ ਇਸ ਤਰ੍ਹਾਂ ਵੇਖੋ ਨਿਸ਼ਾਨ ਲੱਭਦਾ ਹੋਣਾ, ਇੱਥੋਂ ਦੀ ਐਲੇ ਇੱਕ ਸਾਈਡ ਤੋਂ ਲੈ ਕੇ ਅਤੇ ਇੱਥੋਂ ਲਾਸਟ ਤੱਕ ਸਿੱਧੀ ਸਿੱਧੀ ਕਟਿੰਗ ਹੋਈ, ਮਤਲਬ ਇਹ ਵੇਖੋ ਤ੍ਰਿਸ਼ੀ ਕਟਿੰਗ ਹੋਈ ਹੈਗੀ ਇਸ ਤਰ੍ਹਾਂ, ਠੀਕ ਹੈ। ਅਤੇ ਉੱਪਰੋਂ ਇਸ ਤਰ੍ਹਾਂ ਨਹੀਂ ਹੋਣੀ, ਉੱਪਰੋਂ ਥੋੜ੍ਹਾ ਜਿਹਾ ਫਰਕ ਹੈਗਾ, ਉੱਪਰੋਂ ਹੈਗੀ ਆਹ ਦੇਖੋ, ਉੱਪਰੋਂ ਵੀ ਨਿਸ਼ਾਨ ਮੈਂ ਲਗਾਇਆ ਬਟ ਇੱਥੇ ਆ ਕੇ ਨਿਸ਼ਾਨ ਮੁੱਕ ਜਾਂਦਾ, ਇੱਥੋਂ ਦੀ ਲਿਜਾ ਕੇ ਅਤੇ ਇੱਥੋਂ ਤੱਕ ਬਸ ਕੱਟ ਦੇਣਾ। ਅਤੇ ਇੱਥੋਂ ਜਿਹੜੀ ਚੀਜ਼ ਹੈਗੀ ਨਾ ਹੈਲੀ ਥੋੜ੍ਹੀ ਜਿਹੀ ਚੀਜ਼, ਇੱਥੋਂ ਇਸ ਤਰ੍ਹਾਂ ਦੀ ਰਾਊਂਡ ਕੱਟਣੀ ਆ ਗੋਲ, ਇੱਥੋਂ ਦੀ ਲੈ ਕੇ ਨਾ ਇੱਥੋਂ ਦੀ ਗੋਲ ਕੱਟਣੀ ਆ, ਕਿ ਉਹ ਫਿਰ ਗੁਲਾਈ ਆਈ ਹੈਗੀ ਗੁੱਡੇ ਦੇ ਵਿੱਚ ਤਾਂ ਕਰਕੇ। ਅਤੇ ਮੈਂ ਤੁਹਾਨੂੰ ਕੱਟ ਕੇ ਅਤੇ ਗਜ਼ ਲਾ ਕੇ ਦਿਖਾਉਂਦਾ ਹੁਣ। ਆਹ ਪੂਰੀ ਕਟਿੰਗ ਕਰ ਲਈ ਆ ਪੈਟਰਨ ਦੀ, ਅਤੇ ਆਹ ਉੱਪਰਲਾ ਹਿੱਸਾ ਹੈਗਾ, ਇੱਥੋਂ ਤੱਕ ਜਿਹੜਾ ਨਿਸ਼ਾਨ ਲਗਾਇਆ ਸੀ ਪਹਿਲੇ ਉੱਥੋਂ ਤੱਕ ਕੱਟਿਆ, ਅਤੇ ਇੱਥੋਂ ਸਿੱਧਾ ਹੀ ਰਹਿਣ ਦਿੱਤਾ, ਅਤੇ ਇੱਥੋਂ ਦੀ ਗੁਲਾਈ ਲੈ ਕੇ ਆਇਆ। ਅਤੇ ਆਹ 2 ਨਿਸ਼ਾਨ ਲਗਾਏ ਆ, ਇੱਕ ਤਾਂ ਇੱਥੋਂ ਪਹਿਲੇ ਇਸ ਤਰ੍ਹਾਂ ਹੀ ਫੋਲਡ ਹੋ ਜੂਗਾ ਇਸ ਤਰ੍ਹਾਂ, ਅਤੇ ਇਹ ਬਾਅਦ 'ਚੋਂ ਤੀਲੇ ਦੇ ਉੱਤੇ ਫੋਲਡ ਹੁੰਦਾ। ਅਤੇ ਥੱਲੜੀ ਸਾਈਡ ਤੋਂ ਅਤੇ ਸਿੱਧੀ ਕਟਿੰਗ ਹੈਗੀ, ਬਸ ਨੋਰਮਲ ਹੀ ਕਟਿੰਗ ਹੈਗੀ ਥੱਲੜੀ ਸਾਈਡ ਤੋਂ।
ਤੇ ਅੱਗੇ ਹੁਣ ਤੇ ਮੈਂ ਗਜ਼ਲ ਲਾ ਕੇ ਦਿਖਾਉਣਾ ਤੈਨੂੰ। ਗਜ਼ ਲਗਾ ਤੇ ਆ ਆ ਚੱਕੜ ਗਜ਼ਲ ਤੁਸੀਂ ਕਹਿੰਦੇ ਹੋਣੇ ਆ ਉਹ ਪੂਰਾ ਬਲੈਕ ਕੀਤੇ ਹੋਏ ਆ ਥੋੜ੍ਹਾ ਥੋੜ੍ਹਾ ਡਿਜ਼ਾਇਨ ਬਣਾਇਆ ਪੂਰੇ ਹੀ ਬਲੈਕ ਕਲਰ 'ਚ ਕੀਤੇ ਹੋਏ ਤਾਂ ਕਰਕੇ ਨਹੀਂ ਇੰਨੇ ਉਹ ਆਉਂਦੇ। ਆਹ ਰੈੱਡ ਕਲਰ ਤੋਂ ਵੇਖੋ ਤੁਸੀਂ ਦੋ ਗੁੱਡੇ ਬਣਾਉਂਦੇ ਆ ਇਕੱਠੇ ਅਤੇ ਪੇਪਰ ਦੀ ਕੁਆਲਿਟੀ ਚੈੱਕ ਕਰੋ ਕਿੰਨਾ ਸ਼ਾਈਨ ਮਾਰਦਾ ਪਿਆ ਵਾਲੀ ਸਾਈਡ ਅਤੇ ਉਹਲੀ ਸਾਈਡ ਦੇਖੋ ਫਰੰਟ ਸਾਈਡ ਹੈਲੀ ਹੁੰਦੀ ਫਰੰਟ ਸਾਈਡ ਸ਼ਾਈਨ ਵਾਲੀ ਨਹੀਂ ਹੁੰਦੀ ਆਹ ਚੈੱਕ ਕਰੋ। ਅਤੇ ਗਜ਼ ਲਗਾ ਕੇ ਨਾ ਜਿਸ ਤਰ੍ਹਾਂ ਐਲੀ ਸਾਈਡ ਰੱਖ ਕੇ ਗਜ਼ ਲਗਾਇਆ ਅਤੇ ਇਹਨੂੰ ਇਸ ਤਰ੍ਹਾਂ ਉਲਟਾ ਕੇ ਨਾ ਜਿਸ ਤਰ੍ਹਾਂ ਉਲਟ ਗਿਆ ਅਤੇ ਇਸ ਤਰ੍ਹਾਂ ਹੱਥ ਜ਼ਰੂਰ ਮਾਰਨਾ ਹੁੰਦਾ ਇਸ ਤਰ੍ਹਾਂ ਪੂਰਾ ਪੂਰਾ ਤਾਂ ਕਿ ਇਹਦੇ ਜਿਹੜੇ ਵੱਟ ਹੁੰਦੇ ਨਾ ਇਹ ਨਿਕਲ ਜਾਣ ਤਾਂ ਕਰਕੇ। ਅਤੇ ਅੱਗੇ ਹੁਣ ਇਹਦੇ ਉੱਪਰਲੇ ਤੀਲੇ ਲਗਾ ਕੇ ਫਿਰ ਧਾਗਾ ਫੇੜਦੇ ਹਾਂ ਅਤੇ ਫਿਰ ਲਾਸਟ 'ਤੇ ਖਲੱਪੜ ਲੱਗੇਗਾ ਅਤੇ ਆਹ ਲੁੱਕ ਆਏਗੀ ਇਹਦੀ। ਇਹਦੇ ਆ ਜਿਹੜੇ ਹੈਗੇ ਇਹਨਾਂ ਦੇ ਉੱਤੇ ਡਿਜ਼ਾਇਨਿੰਗ ਹੋਣੀ ਆ ਜੀ ਆਹ ਥੋੜ੍ਹੇ ਜਿਹੇ ਮੈਨੂੰ ਲੱਗੇ ਸੀ ਤਾਂ ਕਰਕੇ ਮੈਂ ਆਪਣੇ ਵਾਸਤੇ ਰੱਖ ਲਏ ਆ ਸਿੰਪਲ ਡਿਜ਼ਾਇਨ ਪਾ ਕੇ ਕਿਸੇ ਦਿਨ ਪਿੱਛੇ ਮਾਰ ਦਾਂਗੇ। ਅਤੇ ਇਹਨਾਂ ਦੇ ਉੱਤੇ ਥੋੜ੍ਹਾ ਹੈਵੀ ਡਿਜ਼ਾਇਨ ਪੈਣਾ ਕਿਉਂਕਿ ਇਹਨਾਂ ਦੇ ਤੀਲਿਆਂ ਦੀ ਕੁਆਲਿਟੀ ਵੀ ਬੜੀ ਵਧੀਆ ਹੈਗੀ ਤਾਂ ਕਰਕੇ ਉੱਪਰਲਾ ਤੀਲਾ ਲਗਾ ਤਾ ਹੁਣ ਆਹ ਚੱਕਰ ਤੀਲਾ ਵੇਖੋ ਕਿੰਨਾ ਤਕੜਾ ਤੀਲਾ ਜੀ ਇਹ ਤਾਕਤ ਜਿਹੜਾ ਲਾਇਆ ਸੀ ਨਾ ਇੱਥੋਂ ਦੀ ਲਗਾਇਆ ਅਤੇ ਹੁਣ ਇੱਥੋਂ ਦੀ ਫੋਲਡ ਕਰਕੇ ਅਤੇ ਇਸ ਤਰ੍ਹਾਂ ਧਾਗਾ ਵਿੱਚ ਹੋ ਜਾਊਗਾ ਕਾਗਜ਼ ਦੀ ਸ਼ਾਈਨਿੰਗ ਚੈੱਕ ਕਰੋ ਕਿੰਨੀ ਆ ਇੱਕ ਆਹ ਵਾ ਅਤੇ ਇੱਕ ਆਹ ਅਤੇ ਉਹ ਕੰਪਲੀਟ ਹੋ ਗਏ ਹੋਏ ਆ ਅਤੇ ਹੁਣ ਇਹ ਕੰਪਲੀਟ ਕਰਕੇ ਇਹ ਚੈੱਕ ਕਰੋ ਇਹ ਹੈਗੀ ਹੈ ਇਹਦੀ ਲੁੱਕ ਹੁਣ ਧਾਗਾ ਫਿਰਨਾ ਬਸ ਅਤੇ ਥੋੜ੍ਹੀਆਂ ਬਹੁਤੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਇੱਥੇ ਚੇਪੀਆਂ ਜਿਹੀਆਂ ਲੱਗਦੀਆਂ ਉਹ ਲੱਗਣੀਆਂ ਅਤੇ ਇੱਕ ਖਲੱਪੜ ਲੱਗਣਾ ਬਸ ਅਤੇ ਇਹ ਵੀ ਕੰਪਲੀਟ ਹੋ ਜਾਣਾ ਅਤੇ ਹੁਣ ਧਾਗਾ ਫੇੜ ਕੇ ਦਿਖਾਉਣਾ ਤੁਹਾਨੂੰ ਮੈਂ ਆਹ ਧਾਗਾ ਬੰਨ ਲਿੱਤਾ ਆਹ ਚੱਕ ਕਰ ਇੱਥੋਂ ਦੀ ਸਟਾਰਟ ਕਰਕੇ ਇੱਧਰ ਫਿਰ ਇਸ ਤਰ੍ਹਾਂ ਅਤੇ ਐਲੀ ਸਾਈਡ ਅਤੇ ਆਹ ਫਿਰ ਲਾਸਟ ਇੱਥੇ ਖਤਮ ਕੀਤਾ ਅਤੇ ਆਹ ਲੁੱਕ ਚੱਕ ਕਰੋ ਹੁਣ ਇਸ ਤਰ੍ਹਾਂ ਧਾਗਾ ਬੰਨਿਆ ਜੀ ਅਤੇ ਆਹ ਮੈਂ ਫੋਲਡ ਵੀ ਕਰ ਲਿਆ ਐਲਾ ਗੁੱਡਾ ਨਾ ਮੈਂ ਪੂਰਾ ਫੋਲਡ ਕਰ ਲਿਆ ਅਤੇ ਹੁਣ ਐਨ ਬੈਕ ਸਾਈਡ ਦੇ ਇੱਥੇ ਚੇਪੀਆਂ ਲੱਗਣੀਆਂ ਉਹ ਲਾ ਕੇ ਦਿਖਾਉਣਾ ਉਹ ਲਗਾਉਣ ਤੋਂ ਬਾਅਦ ਫਿਰ ਬਸ ਖਲੱਪੜ ਲੱਗਣਾ ਅਤੇ ਖਲੱਪੜ ਵੀ ਤੁਹਾਨੂੰ ਮੈਂ ਕਟਿੰਗ ਦੱਸਦਾ ਕਿ ਕਿਸ ਤਰ੍ਹਾਂ ਈਜ਼ੀ ਕੱਟਿਆ ਜਾਏਗਾ ਹੁਣ ਚੇਪੀਆਂ ਲੱਗ ਗਈਆਂ ਇਹ ਮੈਂ ਰੈੱਡ ਦੇ ਉੱਪਰ ਰੈੱਡ ਕਲਰ ਦੀ ਲਗਾਈ ਹੈ ਅਤੇ ਬਲੈਕ ਦੇ ਉੱਪਰ ਵੀ ਰੈੱਡ ਹੀ ਲਗਾਈ ਹੈ ਆਹ ਦੇਖੋ ਇੱਕ ਥੱਲੇ ਲੱਗਦੀ ਹੈ ਇੱਕ ਇਹ ਸੈਂਟਰ 'ਚੋਂ ਥੋੜ੍ਹੀ ਥੱਲੇ ਇਹ ਸੈਂਟਰ ਹੀ ਹੈ ਅਤੇ ਸੈਂਟਰ 'ਚੋਂ ਥੱਲੇ ਅਤੇ ਆਹ ਚੀਜ਼ ਚੈੱਕ ਕਰਨਾ ਇੱਕ ਆ ਸਫਾਈ ਚੈੱਕ ਕਰੋ ਕਿੰਨੀ ਅਤੇ ਇੱਕ ਆ ਇਹ ਥੋੜ੍ਹੀ ਲੁੱਕ ਵਾਸਤੇ ਹੁੰਦੀ ਹੈ ਅਤੇ ਇਹਦੇ ਰੈੱਡ ਪੇਪਰ ਦੀ ਲਗਾਈ ਹੈ ਤਾਂ ਕਰਕੇ ਲੁੱਕ ਵਾਸਤੇ ਹੁੰਦੀ ਵੈਸੇ ਇੱਥੇ ਚੇਪੀ ਲਗਾਉਣ ਦਾ ਇਹ ਹੁੰਦਾ ਫਾਇਦਾ ਇੱਕ ਜੇ ਤਾਂ ਇੱਥੇ ਥੋੜ੍ਹੀ ਹੈਵੀ ਲਗਾਵਾਂਗੇ ਨਾ ਜਿਸ ਤਰ੍ਹਾਂ ਗੋਲਡਨ ਜਾਂ ਸਿਲਵਰ ਪੇਪਰ ਦੀ ਅਤੇ ਜਦੋਂ ਇੱਥੋਂ ਪਲਾਵਾਂ ਪਾਈ ਦੀਆਂ ਨਾ ਅਤੇ ਇੱਥੇ ਡੋਰ ਨਹੀਂ ਫਿਰਦੀ ਤੀਲੇ ਦੇ ਉੱਤੇ ਇਹੋ ਜਿਹੇ ਗੋਲਡਨ ਜਾਂ ਸਿਲਵਰ ਦੀ ਲਗਾਈ ਹੁੰਦੀ ਨਾ ਅਤੇ ਇਹੀ ਘੁੱਟ ਕੇ ਬੰਨਿਆ ਹੁੰਦਾ ਨਾ ਹੁਣ ਜਿਸ ਤਰ੍ਹਾਂ ਇਹ ਪੇਪਰ ਦੀ ਹੈਗੀ ਨਾ ਇਹ ਵੀ ਥੋੜ੍ਹਾ ਬਚਾ ਕਰੇਗੀ ਜਿਸ ਤਰ੍ਹਾਂ ਇਹ ਹੁੰਦਾ ਨਾ ਪਲੇਨ ਤੀਲਾ ਇੱਥੇ ਡੋਰ ਬੰਨਾਂਗੇ ਨਾ ਡੋਰ ਨੇ ਪਈ 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 ਟੱਕ ਲੱਗੀ ਜਾਣਾ ਹੌਲੀ ਹੌਲੀ ਅਤੇ ਉਹ ਫਿਰ ਕਈ ਵਾਰੀ ਹਵਾ 'ਚ ਜਾਂਦਾ ਨਾ ਜਦੋਂ ਗੁੱਡਾ ਤੇਜ਼ ਹਵਾ 'ਚ ਅਤੇ ਉਹ ਫਿਰ ਤੀਲਾ ਇੱਥੋਂ ਟੁੱਟ ਜਾਂਦਾ ਤਾਂ ਕਰਕੇ ਇਹ ਚੇਪੀ ਲਗਾਈ ਦੀ ਹੈ ਇਹਨੂੰ ਵੀ ਲੱਗ ਗਈ ਆ ਅਤੇ ਇਹਨੂੰ ਵੀ ਲੱਗ ਗਈ ਆ
ਦੋ ਗੁੱਡੇ ਹੈਗੇ ਆ, ਦੋ ਆ ਵਾ ਅਤੇ ਦੋ ਕੰਪਲੀਟ ਹੋ ਗਏ ਆ। ਆ ਚੱਕੜੋ, ਅਤੇ ਹੁਣ ਇਹਨਾਂ ਦੇ ਉੱਤੇ ਪਾਨ ਲੱਗਣਾ, ਵੱਡਾ ਪਾਨ ਲੱਗਣਾ। ਆ ਚੱਕੜ, ਆ ਪਾਨ ਇਸ ਤਰ੍ਹਾਂ ਲੱਗਣਾ ਗੁੱਡੇ ਦੇ ਉੱਤੇ। ਇੱਥੇ ਥੋੜ੍ਹਾ ਕਲਰ ਦਾ ਹੋ ਗਿਆ ਕਿਉਂਕਿ ਇਹ ਕਾਗਜ਼ ਉੱਧਰੋਂ ਦੀ ਕੱਟ ਕੇ ਇੱਧਰ ਲਗਾਇਆ ਨਾ, ਤਾਂ ਕਰਕੇ। ਅਤੇ ਆਹ ਪਾਨ ਇਸ ਤਰ੍ਹਾਂ ਲੱਗਣਾ ਹੈ। ਅਤੇ ਗੁੱਡੇ ਦੀ ਲੁੱਕ ਚੱਕੜੋ, ਬਲੈਕ ਗੁੱਡਾ ਕਿੰਨਾ ਵਧੀਆ ਲੱਗ, ਅਤੇ ਇਸ ਤਰ੍ਹਾਂ ਬਣ ਜਾਣੇ। ਅਤੇ ਟੋਟਲ ਚਾਰ ਕੰਪਲੀਟ ਹੋ ਗਏ, ਅਤੇ ਆਹ ਪਾਨ ਲੱਗ ਕੇ ਗੁੱਡਾ ਕੰਪਲੀਟ ਹੋ ਜਾਂਦਾ। ਅਤੇ ਆਹ ਪਾਨ ਲਗਾ ਕੇ ਤੁਹਾਨੂੰ ਮੈਂ ਚਾਰੋਂ ਗੁੱਡੇ ਦਿਖਾਉਂਦਾ ਇੱਕ ਇੱਕ ਕਰਕੇ। ਆਹ ਗੁੱਡੇ ਪੂਰੇ ਕੰਪਲੀਟ ਹੋ ਗਏ, ਅਤੇ ਚੈੱਕ ਕਰੋ ਗੁੱਡੇ ਦੀ, ਇੱਥੇ ਰੱਖ ਕੇ ਦਿਖਾਉਂਦਾ ਤੁਹਾਨੂੰ। ਪੂਰਾ ਪਲੇਨ ਬਲੈਕ ਗੁੱਡਾ, ਚਾਰ ਗੁੱਡੇ ਹੋ ਗਏ, ਦੋ ਪਹਿਲੇ ਬਣਾ ਲਏ ਹੋਏ ਸੀ ਅਤੇ ਦੋ ਹੀ ਬਣਾਏ ਹੁਣ। ਆ ਚੱਕਰ, ਇੱਕ ਦੋ, ਆ ਇੱਕ ਦੇ ਵਿੱਚ ਇੱਕ, ਅਤੇ ਆਹ ਵਾਲੇ ਗੁੱਡੇ ਚੱਕਰਨਾ ਜਿਹੜੇ ਦੋ ਬਣਾਏ ਨਾ ਵੀਡੀਓ 'ਚ, ਆਹ ਆ ਗਈ ਉਹ। ਅਤੇ ਇਹਨਾਂ ਦੀ ਬੈਕ ਸਾਈਡ ਦੇਖਣਾ ਗੁੱਡੇ ਦੀ ਕਿੰਨੀ ਵਧੀਆ ਹੈਗੀ। ਇਹ ਥੋੜ੍ਹਾ ਪੇਪਰ ਦੂਸਰਾ ਹੈਗਾ, ਅਤੇ ਆਹ ਵਾਲਾ ਪੇਪਰ ਦੂਸਰਾ ਹੈਗਾ, ਆਹ ਥੋੜ੍ਹਾ ਵਧੀਆ ਹੈਗਾ ਪੇਪਰ। ਆਹ ਚੱਕਰ, ਆਹ ਦੇਖੋ ਸ਼ਾਈਨਿੰਗ ਚੱਕਰ ਗੁੱਡੇ ਦੀ, ਇਹਦੀ ਸ਼ਾਈਨਿੰਗ ਦੇਖੋ ਅਤੇ ਇਹਦੀ ਸ਼ਾਈਨਿੰਗ ਦੇਖੋ, ਆਹ ਡਿਫਰੈਂਸ ਹੈ। ਅਤੇ ਇਹਦੀ ਲੁੱਕ ਚੱਕਰ ਬੈਕ ਸਾਈਡ ਤੋਂ, ਅਤੇ ਬਸ ਇਹ ਸੀ ਅੱਜ ਦੀ ਵੀਡੀਓ। ਅਤੇ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਅਤੇ ਇਹਨਾਂ ਦੀ ਡਿਜ਼ਾਇਨਿੰਗ ਦੀ ਡਿਜ਼ਾਇਨਿੰਗ ਕਰਕੇ ਅਤੇ ਫਲਾਇੰਗ ਟੈਸਟ ਦਿਖਾਵਾਂਗਾ ਇਹਨਾਂ ਦਾ। ਅਤੇ ਜੇ ਕਿਸੇ ਦਿਨ ਪੀਚਾ ਵੀ ਮਾਰਾਂਗੇ ਫਿਰ ਵੀ ਦਿਖਾਵਾਂਗਾ ਵੀਡੀਓ। ਅਤੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ।